ਪੰਜਾਬ ਦੇ ਜਲੰਧਰ ਤੋਂ ਸੋਮਵਾਰ ਸਵੇਰੇ ਬਸਤੀ ਬਾਵਾ ਖੇਲ ਨਹਿਰ ਦੇ ਕੋਲ ਇੱਕ DSP ਦਲਵੀਰ ਸਿੰਘ ਦੀ ਲਾਸ਼ ਮਿਲਦੀ ਹੈ। ਇਸੇ DSP ਨੇ 16 ਦਸੰਬਰ ਦੀ ਰਾਤ ਨੂੰ ਮਕਸੂਦਾਂ ਦੇ ਇੱਕ ਪਿੰਡ ਮੰਡ ਦੇ ਵਿੱਚ ਪਿੰਡ ਵਾਸੀਆਂ ਦੇ ਵਿਚਾਲੇ ਗੋਲੀਆਂ ਚਲਾ ਦਿੱਤੀਆਂ ਸੀ। ਉਦੋਂ ਹੀ ਪਿੰਡ ਵਾਲਿਆਂ ਨੇ ਇੱਕ ਸਾਥ ਇਕੱਠੇ ਹੋ ਕੇ ਰਾਜ਼ੀਨਾਮਾ ਹੋ ਗਿਆ। ਪਰ ਦੱਸੀਏ ਕਿ ਮੂਲ ਰੂਪ ਤੋਂ ਕਪੂਰਥਲਾ ਦੇ ਪਿੰਡ ਖੋਜੇਵਾਲ ਦੇ ਰਹਿਣ ਵਾਲੇ ਦਲਵੀਰ ਸਿੰਘ ਗੋਲੀ ਜਲੰਧਰ ਦੇ PIP ਟ੍ਰੇਨਿੰਗ ਸੈਂਟਰ ਦੇ ਵਿੱਚ ਤਾਇਨਾਤ ਸਨ। ਜਾਣਕਾਰੀ ਮੁਤਾਬਕ ਨਵੇਂ ਸਾਲ ਪਾਰਟੀ ਦੇ ਲਈ DSP ਦਲਵੀਰ ਸਿੰਘ ਆਪਣੇ 3 ਦੋਸਤਾਂ ਦੇ ਨਾਲ ਘਰੋਂ ਨਿਕਲੇ ਸਨ। ਦੇਰ ਰਾਤ DSP ਦਲਵੀਰ ਸਿੰਘ ਨੂੰ ਉਹਨਾਂ ਦੇ ਦੋਸਤਾਂ ਨੇ ਬੱਸ ਸਟੈਂਡ ਦੇ ਉੱਤੇ ਛੱਡ ਦਿੱਤਾ, ਜਿਸ ਤੋਂ ਬਾਅਦ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਲੱਗਿਆ। ਪੁਲਿਸ ਨੇ ਬੱਸ ਸਟੈਂਡ ਦੇ ਕੋਲ ਵੀ ਕੁਝ CCTV ਕਬਜ਼ੇ 'ਚ ਲਏ ਅਤੇ ਤਸਵੀਰਾਂ ਦੇਖੀਆਂ, ਪਰ DSP ਦੇ ਘਰ ਤੋਂ ਨਿਕਲਣ ਦੇ ਦੌਰਾਨ ਆਪਣੇ ਸਰਕਾਰੀ ਪਿਸਤਲ ਨਾਲ ਲੈ ਕੇ ਗਏ ਸਨ। ਜਦੋਂ ਲਾਸ਼ ਮਿਲੀ ਤਾਂ ਪਿਸਤਲ ਉਹਨਾਂ ਦੇ ਕੋਲ ਨਹੀਂ ਸੀ। DSP ਦੇ ਦੋਸਤ ਨੇ ਦੱਸਿਆ ਕਿ ਮਾਮਲਾ ਸ਼ੱਕੀ ਲੱਗ ਰਿਹਾ, ਕਿਉਂਕਿ ਜਿੱਥੋਂ ਉਹਨਾਂ ਦਾ ਸ਼ਵ ਮਿਲਿਆ ਉੱਥੇ ਇੰਨੀ ਰਾਤ ਤੁਰ ਕੇ ਜਾਣਾ ਤਾਂ ਸੰਭਵ, ਉੱਥੇ ਉਹ ਰਸਤਾ ਉਹਨਾਂ ਦੇ ਘਰ ਦੇ ਕੋਲ ਜਾਂਦਾ ਹੀ ਤੱਕ ਨਹੀਂ ਹੈ। ਨਾਲ ਹੀ DSP ਆਪਣੇ ਗਨਮੈਨ ਵੀ ਘਰ ਛੱਡ ਕੇ ਗਿਆ ਹੋਇਆ ਸੀ। ਦੋਸਤ DSP ਨੂੰ ਆਪਣੀ ਗੱਡੀ 'ਚ ਬਿਠਾ ਕੇ ਆਪਣੇ ਨਾਲ ਗਏ ਸਨ, ਪਰ ਉਸ ਤੋਂ ਬਾਅਦ ਕੋਈ ਜਾਣਕਾਰੀ ਨਹੀਂ। ਹਾਲਾਂਕਿ ਉਹਨਾਂ ਦੇ ਦੋਸਤ ਨੇ ਖੁਲਾਸੇ ਕੀਤੇ ਕਿ ਮਾਮਲਾ ਸ਼ੱਕੀ ਹੈ, ਕਿਉਂਕਿ ਨਾ ਤਾਂ ਉਹਨਾਂ ਕੋਲ ਕੋਈ ਗਨ ਸੀ ਅਤੇ ਨਾ ਹੀ ਕੋਈ ਗਨਮੈਨ। ਪਰ ਪੰਜਾਬ ਪੁਲਿਸ ਅਤੇ ਮੌਜੂਦਾ ਸਰਕਾਰ ਜਾਂ ਪ੍ਰਸ਼ਾਸਨ ਇਸ ਦੇ ਨਾਲ ਕੋਈ ਲਗਾਤਾਰ ਕਾਰਵਾਈ ਕਰ ਨਹੀਂ ਰਿਹਾ। ਹਾਲਾਂਕਿ ਉਹਨਾਂ ਨੇ ਦੋਸ਼ ਇਹ ਵੀ ਲਾਏ ਕਿ ਪੰਜਾਬ ਪੁਲਿਸ ਆਪਣਾ ਕੰਮ ਤੇਜ਼ੀ ਦੇ ਨਾਲ ਨਹੀਂ ਕਰ ਰਹੀ। ਮੇਰਾ ਨਾਮ ਰਣਜੀਤ ਸਿੰਘ ਖੋਜੀਵਾਲ ਹੈ ਜੀ। ਸਵਾਤਰਬੀਰ ਸਿੰਘ ਜੋਲ ਸਾਡੇ ਵੱਡੇ ਭਰਾ ਸੀ, ਰਾਤੀਂ ਪਤਾ ਲੱਗਾ ਕਿ 2 ਵਜੇ ਉਹਨਾਂ ਦੀ ਗੋਦੀ ਆ ਉਹ ਬਸਤੀ ਬਾਬਾ ਕੇ ਨਹਿਰ ਦੇ ਲਾਗਿਓਂ ਰੋਡ ਦੇ ਵਿੱਚੋਂ ਬਰਾਮਦ ਹੋਈ ਹੈ ਅਤੇ ਖੂਨ ਨਾਲ ਲੱਥ ਪੱਥ ਸੀਗੀ। ਅਸੀਂ ਜਾ ਕੇ ਮੌਕੇ 'ਤੇ ਦੇਖ ਕੇ ਆਏ ਹਾਂ, ਕਾਫੀ ਖੂਨ ਨਾਲ ਲੱਥ ਪੱਥ ਸੀ। ਹੁਣ ਅਸੀਂ ਮੋਰਚੀ ਵਿੱਚ ਵੀ ਗੋਡੀ ਦੇਖੀ ਹੈ, ਸੱਟਾਂ ਦੇ ਨਿਸ਼ਾਨ ਹੈਗੇ ਆ, ਸਾਇਦ ਪਿੱਛੇ ਵੀ ਹੈਗੇ ਆ, ਮੂੰਹ 'ਤੇ ਵੀ ਹੈਗੇ ਆ। ਸੋ ਇਹ ਇੱਕ ਸਰਕਾਰੀ ਪਿਸਤਲ ਆ, ਉਹ ਨਹੀਂ ਹੈਗਾ ਤੁਸੀਂ ਸਾਰਾ ਮਾਮਲਾ ਸ਼ੱਕੀ ਲੱਗਦਾ, ਕਿਉਂਕਿ ਉਹਨਾਂ ਨੇ 2 ਵਜੇ ਉੱਧਰ ਨੂੰ ਕੀ ਕਰਨ ਜਾਣਾ ਸੀਗਾ। ਅਤੇ ਅਸੀਂ ਤਾਂ ਇਹ ਪ੍ਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਦੇ ਕੋਲੋਂ ਵੀ ਡੂੰਘਾਈ ਨਾਲ ਜਾਂਚ ਕੀਤੀ ਹੈ, ਕਿਉਂਕਿ DSP ਰਿੰਕ ਸੀ ਔਰ ਹਿੰਦੁਸਤਾਨ ਦਾ ਸਟਾਰ ਸੀ, ਅਰਜਨਾ ਵਰਗ ਕਿਸੇ ਨੈਨ ਨਹੀਂ ਮਿਲ ਜਾਂਦਾ। ਅਤੇ ਉਹ ਸਾਰੀਆਂ ਗੱਲਾਂ ਨੂੰ ਧਿਆਨ ਰੱਖ ਕੇ, ਪਰ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਇਹੋ ਜਿਹਾ ਸਹਿਯੋਗ ਨਹੀਂ ਹਾਲੇ ਤੱਕ ਹੋਇਆ ਵੀ ਜਿਹਦੇ ਨਾਲ ਕਿ ਆਪਾਂ ਮੜਕੇ ਨੂੰ ਕੋਈ ਗੱਲ ਸਿਰੇ ਲਾ ਸਕੀਏ। ਉਹ ਸਾਰੇ CCTV ਕੈਮਰੇ ਕਿਤੇ ਚੈੱਕ ਕਰਨੀ ਚਾਹੀਦੀ ਆ, ਸਾਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਕੀ ਭਾਣਾ ਵਾਪਰਿਆ, ਕਿੱਦਾਂ ਹੋਇਆ, ਕੀ ਨਹੀਂ ਹੋਇਆ। ਉਹ ਹਾਲੇ ਕੁਛ ਵੀ ਕਹਿਣਾ ਜਲਦਬਾਜ਼ੀ ਨਹੀਂ। ਤੁਹਾਨੂੰ ਅਡਰੈਸ ਕਦੋਂ ਗੱਲ ਹੋਈ ਸੀ, ਉਦੋਂ ਪਤਾ ਲੱਗਿਆ ਜੀ ਉੱਥੇ ਗਏ ਕਿੱਦਾਂ ਸੀਗੇ, ਕਿ ਇਹਦੇ ਨਾਲ ਗਏ ਸੀ, ਅੱਗੇ ਕਿੱਥੋਂ ਉਤਰੇ ਅਤੇ ਅੱਗੇ ਕਿੱਦਾਂ ਪਹੁੰਚੇ? ਅਸੀਂ 2 ਕਹਿੰਦੇ ਵੀ ਅਸੀਂ ਜਲੰਧਰ ਨਾਲ ਲੈ ਕੇ ਆਏ ਉਹਨਾਂ ਨੂੰ, ਆਪਣੀ ਗੱਡੀਆਂ ਨਹੀਂ ਹੈਗੀ ਸੀ ਆਪਣੇ ਕੋਲ, ਗਨਮੈਨ ਵੀ ਪੈਂਦੀ ਸੀਗੀ। ਸੋ ਉਹ ਬਾਅਦ 'ਚ ਕਹਿੰਦੇ ਵੀ ਅਸੀਂ ਬੱਸ ਸਟੈਂਡ ਛੱਡਤਾ ਇਹਨਾਂ ਨੂੰ, ਅਤੇ ਉਦੋਂ ਬਾਅਦ 'ਚ ਬੱਸ ਸਟੈਂਡ ਤੋਂ ਬਸਤੀ ਬਾਬਾ ਖੇਡ ਕਿੱਦਾਂ ਗਏ ਆ, ਉਹ ਸਾਰਾ ਇਹ ਸ਼ੱਕੀ ਮਾਮਲਾ। ਹਾਂਜੀ, ਇੱਕ ਆਪਣੇ ਦੱਸੋ ਜਿਹੜੇ ਕਪੂਰਥਲਾ ਰੋਡ ਤੇ ਘਰ ਹੈਗਾ ਉਹਨਾਂ ਦਾ, ਤੇ ਆਪਣੇ ਜਿਹੜੇ ਬਸਤੀ ਬਾਬਾ ਖੇਲ ਉਹ ਹੈ, ਮਤਲਬ ਉੱਧਰ ਜਾ ਸਕਦੇ ਸੀਗੇ ਜਾਂ ਫਿਰ ਕਿਉਂਕਿ ਵਾਕਿੰਗ ਦਾ ਕੋਈ ਦੱਸ ਦੇ? ਕਪੂਰਥਲਾ ਰੋਡ ਨੂੰ ਜਾ ਸਕਦੇ ਮੰਨਦੇ ਹਾਂ, ਪਰ ਜਦੋਂ ਰਾਈਟ ਸਾਈਡ ਨੂੰ ਆਪਾਂ ਬਲਟਨ ਪਾਰਕ ਨੂੰ ਮੁੜਦੇ ਨਹਿਰ ਉੱਥੇ ਜਾਣ ਦੀ ਕੋਈ ਤੁੱਕ ਨਹੀਂ ਬਣਦੀ, ਕਿਉਂਕਿ ਪੈਦਲ ਚੱਲਦੇ ਨਹੀਂ ਸੀ ਜ਼ਿਆਦਾ। ਹਾਂਜੀ, ਅਤੇ ਇੰਨੀ ਬਲੀਡਿੰਗ ਹੋਈ ਆ, ਇੰਨਾ ਖੂਨ ਨਾਲ ਲੱਥ ਪੱਥ ਲਾਸ਼ ਮਿਲੀ ਆ, ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ। ਤਾਂ ਇਹ ਤੁਸੀਂ ਕੀ ਮੰਗ ਕਰਦੇ ਹੋ ਆਪਣੇ, ਕਿਉਂਕਿ ਐਸੇ ਵੱਡੇ ਵੱਡੇ ਰੈਂਕ ਤੁਸੀਂ ਦੱਸਿਆ ਕਿ ਖਿਡਾਰੀ ਵੀ ਸੀਗੇ ਆਪਣੇ ਰੈਂਕ ਪੁਲਿਸ ਰੈਂਕ 'ਤੇ ਸੀਗੇ, ਅਤੇ ਪੁਲਿਸ ਦੇ ਹਾਲੇ ਤੱਕ ਕੋਈ ਕਾਰਵਾਈ ਤਾਂ ਕੀ ਦੇਖਣਾ ਚਾਹੁੰਦੇ? ਸਾਨੂੰ ਹਾਲ ਵੀ ਅਸੀਂ ਜੀ ਕਿ ਪੁਲਿਸ ਐਕਸ਼ਨ ਲੱਗਾ ਨਹੀਂ, ਕਿ ਜਿਹੜਾ ਕਿ ਐਡਾ ਐਡਾ ਵੱਡਾ DSP ਪੰਜਾਬ ਪੁਲਿਸ ਦਾ ਹੋਵੇ, ਤਾਂ ਉਹਦਾ ਪਿਸਟਲ ਵੀ ਮਿਸਿੰਗ ਹੋਵੇ, ਅਤੇ ਉਹਦੀ ਡੈੱਡ ਬੋਡੀ ਵੀ ਰਾਤ ਨੂੰ ਵੀ ਇੰਨੀ ਹਾਈ ਸਕਿਉਰਿਟੀ ਦਾ ਅਲਰਟ ਹੋਵੇ ਰਾਤ ਨੂੰ ਨਵੇਂ ਸਾਲ ਕਰਕੇ, ਰਾਤ ਨੂੰ ਇਹ ਵਾਰਦਾਤ ਵੀ ਹੋ ਜਾਵੇ ਜਾਂ ਕੀ ਹੋਵੇ, ਮਤਲਬ ਕਿ ਸਾਨੂੰ ਕੋਈ ਸਮਝ ਨਹੀਂ ਆ ਰਿਹਾ। ਇੱਕ ਵਾਰ ਦੱਸ ਦਿਓ ਉਹਨਾਂ ਦੀ ਖੇਡ, ਦੱਸ ਦਿਓ ਅਤੇ ਕਿਹੜੇ ਕਿਹੜੇ ਅਵਾਰਡ ਆਪਾਂ ਨੂੰ ਮਿਲੇ ਹੋਏ ਸੀ ਉਹਨਾਂ ਨੂੰ? ਉਹ ਜੀ ਇੰਡੀਆ ਦੇ ਚੈਂਪੀਅਨ ਰਹੇ ਬਹੁਤ ਸਾਲ ਦਾ, ਫਲਾਣਾ ਸਾਲ ਉਹਨਾਂ ਅਰਜਨ ਅਵਾਰਡ ਮਿਲਿਆ ਹੋਇਆ ਸੀਗਾ, ਸੀਲਮੈਨ ਆਫ ਇੰਡੀਆ ਦਾ ਖਿਤਾਬੀ ਉਹਨਾਂ ਨੂੰ ਮਿਲਿਆ ਹੋਇਆ ਸੀਗਾ, ਬਹੁਤ ਤਕੜੇ ਸਪੋਰਟਸਮੈਨ ਸੀ। ਮਤਲਬ ਅੱਛਾ, ਰਾਤੀ ਇਕੱਲੇ ਹੀ ਗਏ ਹੋਏ ਸੀਗੇ ਨਾਲ ਆਪਣੇ ਹੋਰ ਗਨਮੈਨ ਵਗੈਰਾ ਜਾਂ ਪੁਲਿਸ ਜਿਹੜੇ ਸਰ? ਨਹੀਂ, ਆਪਣੇ ਮੁੰਡੇ ਘਰੋਂ ਲੈ ਕੇ ਆਏ ਇਹਨਾਂ ਨੂੰ, ਉਹਨਾਂ ਨੇ ਬੱਸ ਸਟੈਂਡ ਛੱਡਤਾ, ਬਾਅਦ 'ਚ ਉਹ ਤੋਂ ਬਾਅਦ 'ਚ ਨਹੀਂ ਪਤਾ ਲੱਗਾ ਕੀ ਹੋਇਆ, ਉਹ ਮੁੰਡੇ ਨਾਲ ਹੀ ਪੁਲਿਸ ਦੇ ਕੋਲ ਹੀ ਆ ਸਰ, ਹਾਂ ਜਾਂਚ ਚੱਲ ਰਹੀ। ਮੇਰਾ ਨਾਮ ਰਣਜੀਤ ਸਿੰਘ ਖੋਜੀਵਾਲ ਹੈ ਜੀ। ਸਵਾਤਰਬੀਰ ਸਿੰਘ ਜੋਲ ਸਾਡੇ ਵੱਡੇ ਭਰਾ ਸੀ, ਰਾਤੀਂ ਪਤਾ ਲੱਗਾ ਕਿ 2 ਵਜੇ ਉਹਨਾਂ ਦੀ ਗੋਦੀ ਆ ਉਹ ਬਸਤੀ ਬਾਬਾ ਕੇ ਨਹਿਰ ਦੇ ਲਾਗਿਓਂ ਰੋਡ ਦੇ ਵਿੱਚੋਂ ਬਰਾਮਦ ਹੋਈ ਹੈ ਅਤੇ ਖੂਨ ਨਾਲ ਲੱਥ ਪੱਥ ਸੀਗੀ। ਅਸੀਂ ਜਾ ਕੇ ਮੌਕੇ 'ਤੇ ਦੇਖ ਕੇ ਆਏ ਹਾਂ, ਕਾਫੀ ਖੂਨ ਨਾਲ ਲੱਥ ਪੱਥ ਸੀ, ਹੁਣ ਅਸੀਂ ਮੋਰਚੀ ਵਿੱਚ ਵੀ ਗੋਡੀ ਦੇਖੀ ਹੈ, ਸੱਟਾਂ ਦੇ ਨਿਸ਼ਾਨ ਹੈਗੇ ਆ, ਸਾਇਦ ਪਿੱਛੇ ਵੀ ਹੈਗੇ ਆ, ਮੂੰਹ 'ਤੇ ਵੀ ਹੈਗੇ ਆ। ਸੋ ਇਹ ਇੱਕ ਸਰਕਾਰੀ ਪਿਸਤਲ ਆ, ਉਹ ਨਹੀਂ ਹੈਗਾ ਤੁਸੀਂ, ਉਹ ਸਾਰਾ ਮਾਮਲਾ ਸ਼ੱਕੀ ਲੱਗਦਾ, ਕਿਉਂਕਿ ਉਹਨਾਂ ਨੇ 2 ਵਜੇ ਉੱਧਰ ਨੂੰ ਕੀ ਕਰਨ ਜਾਣਾ ਸੀਗਾ। ਅਤੇ ਅਸੀਂ ਤਾਂ ਇਹ ਪ੍ਰਜੋਰ ਮੰਗ ਕਰਦੇ ਹਾਂ ਪ੍ਰਸ਼ਾਸਨ ਦੇ ਕੋਲੋਂ ਵੀ ਡੂੰਘਾਈ ਨਾਲ ਜਾਂਚ ਕੀਤੀ ਹੈ, ਕਿਉਂਕਿ DSP ਰਿੰਕ ਸੀ ਔਰ ਹਿੰਦੁਸਤਾਨ ਦਾ ਸਟਾਰ ਸੀ, ਅਰਜਨਾ ਵਰਗ ਕਿਸੇ ਨੈਨ ਨਹੀਂ ਮਿਲ ਜਾਂਦਾ।
तो सारिया गलों ध्यान रखिए, पर हाले तक प्रशासन वालों सानू कोई इहो सहयोग नहीं हाले तक होया कि जिहदे नाल कि आपां मलके नूं कोई गल सिरे ला सकीए। तो सारे सीसीटीवी कैमरे कितें चैक करनी चाहीदी है, सारी इनवैसटीगेशन होनी चाहीदी है कि की भाणा वापरिया, किदां होया, की नहीं होया। तो हाले कुछ भी कहना जल्दबाजी नहीं। तुहानूं रास कदों गल होई सी, उदों पता लगा जी उत्थे गए किदां सीगे, किहदे नाल गए सी, अग्गे कित्थों उतरे ते अग्गे किदां पहुंचे? असीं दो कहिंदे कि असीं जलंधर नाल लै के आए उहनां नूं, अपनी गड्डियां नहीं हैगी सी अपने कोल, गनमैन भी पैंदी सी। तो वो बाद च कहिंदे असीं बस स्टैंड छड्डता इहनां नूं, तो उदों बाद च बस स्टैंड तों बस्ती बाबा खेल किदां गए आ, वो सारा ही शक्की मामला। हाँ जी, एक अपने दसो जो कपूरथला रोड से घर हैगा उन्होंने, तो अपने जो बस्ती बाबा खेल वो है, तो मतलब उधर जा सकते थे या फिर क्योंकि वॉकिंग का कोई दस घंटे? कपूरथला रोड में जा सकते मानते हैं, पर जो राइट साइड में आप बल्टन पार्क में मुड़ते नहर नहर उत्थे जाने की कोई तुक नहीं बनी, क्योंकि पैदल चलते नहीं ज़्यादा। हाँ जी, तो इन्नी इन्नी ब्लीडिंग हुई है, इन्ना खून वाला अस्पताल च मिली जाए, इन्वेस्टिगेशन होनी चाहिए। तो दल ये तुम की मंग करते हो अपने, क्योंकि ऐसे वे वे रैंक तो दसिया कि खिडारी भी सके अपने रैंक पुलिस रैंक से सके, तो पुलिस हाले तक कोई कार्रवाई तो की दिखना चाहते? सानू हाल भी अभी पुलिस एक्शन लगा नहीं कि जो कि एडा एडा वा डी एस पी पंजाब पुलिस का हो, पिस्टल भी मिसिंग हो, तो डेड बॉडी भी रात में भी इन्नी हाई सिक्योरिटी का अलर्ट हो, रात में नवे सर करके रात में वारदात भी हो जाए ज की हो, मतलब कि सानू को समझ नहीं आ गया। एक बार दस दो उन्होंने खेड दस दौ, तो कि अवार्ड अपने मिले हुए थे उन्होंने? वो जी इंडिया के चैंपियन रहे बहुत साल का, अपना साल उन्होंने अर्जुन अवार्ड मिलया हुआ सगा, स्टील मैन ऑफ इंडिया का खिताब भी उन्होंने मिलया हुआ सगा, बहुत तगड़े स्पोर्ट्समैन से। मतलब अच्छा, रात कल गए हुए थे नाल अपने गनमैन वगैरह या पुलिस जो सब? नहीं, अपने मुंडे घरों लेके आए इन्होंने, उन्होंने बस स्टैंड छड़ता, बाद उस पता लगा कि मुंडे नाल ही पुलिस के कोल ही है सर। हाँ, जाँच पड़ताल।